ਢੀਂਡਸਾ ਪਰਿਵਾਰ ਵੱਲੋਂ ਪਾਰਟੀ ਲੀਡਰਸ਼ਿਪ ਨਾਲ ਕੀਤੀ ਬਗਾਵਤ ਤੋਂ ਬਾਅਦ ਕੜਾਕੇ ਦੀ ਠੰਡ ਵਿੱਚ ਹਲਕਾ ਮਹਿਲ ਕਲਾਂ ਦੀ ਸਿਆਸਤ ਗਰਮਾ ਗਈ ਹੈ। ਇੱਕ ਪਾਸੇ ਹਲਕੇ ਦੇ ਨਾਮਵਰ ਅਕਾਲੀ ਆਗੂਆਂ ਵੱਲੋਂ ਢੀਂਡਸਾ ਦੇ ਹੱਕ ਵਿੱਚ ਡਟਣ ਦਾ ਐਲਾਨ ਕੀਤਾ ਜਾ ਚੁੱਕਿਆ ਹੈ ਅਤੇ ਦੂਜੇ ਪਾਸੇ ਹਲਕਾ ਇੰਚਾਰਜ ਸੰਤ ਬਲਵੀਰ ਸਿੰਘ ਘੁੰਸ ਦੀ ਅਗਵਾਈ ਵਿੱਚ ਅਕਾਲੀ ਆਗੂਆਂ ਵਰਕਰਾਂ ਵੱਲੋਂ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਸ ਮੌਕੇ ਬੋਲਦਿਆਂ ਹਲਕਾ ਇੰਚਾਰਜ ਘੁੰਸ ਨੇ ਕਿਹਾ ਕਿ ਢੀਂਡਸਾ ਪਰਿਵਾਰ ਨੇ ਵੱਡੇ ਵੱਡੇ ਅਹੁਦੇ ਮਾਣ ਕੇ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ, ਪਰ ਹਲਕੇ ਦੇ ਲੋਕ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਖੜੇ ਹਨ। ਸਮੁੱਚਾ ਮਹਿਲ ਕਲਾਂ ਹਲਕਾ, ਸਮੁੱਚੇ ਜਥੇਦਾਰ ਸਾਹਿਬਾਨ, ਆਗੂ ਸਾਹਿਬਾਨ ਸਾਰਿਆਂ ਨੇ ਇੱਕ ਅਹਿਦ ਤੇ ਪ੍ਰਣ ਕੀਤਾ ਹੈ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਘਰ ਘਰ ਜਾ ਕੇ ਇਹਨਾਂ ਦੀਆਂ ਨੀਤੀਆਂ ਨੂੰ ਲੈ ਕੇ ਜਾਵਾਂਗੇ ਅਤੇ ਜਿਹੜੇ ਪਾਰਟੀ ਦੀ ਪਿੱਠ ਦੇ ਵਿੱਚ ਛੁਰਾ ਮਾਰ ਗਏ ਨੇ ਇਸ ਮੌਕੇ ਮਾਨਯੋਗ ਸਾਹਿਬ ਸੁਖਦੇਵ ਸਿੰਘ ਢੀਂਡਸਾ, ਜਿਹੜੇ ਸੱਚਮੁੱਚ ਸਾਡੇ ਇਸ ਜ਼ਿਲ੍ਹਿਆਂ ਦੇ ਤਾਂ ਸੀ ਐੱਮ ਸਨ, ਅਤੇ ਇਸ ਕਰਕੇ ਕਾਕਾ ਪਰਮਿੰਦਰ ਸਿੰਘ ਢੀਂਡਸਾ ਸਾਹਿਬ 'ਤੇ ਉਦੋਂ ਦੁੱਖ ਹੋਇਆ ਅਤੇ ਜਦੋਂ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਆ ਕੇ ਵੀ ਸ਼੍ਰੋਮਣੀ ਅਕਾਲੀ ਦਲ ਤਾਂ ਇੱਕ ਚਾਪਲੂਸਾਂ ਦੀ ਪਾਰਟੀ ਹੈ। ਢੀਂਡਸਾ ਸਾਹਿਬ, ਜਿਹੜੀ ਪਾਰਟੀ ਨੇ ਤੁਹਾਨੂੰ ਐਡੇ ਐਡੇ ਅਹੁਦੇ ਦਿੱਤੇ, ਸਕੱਤਰ ਜਨਰਲ ਤੱਕ ਵੱਡੇ ਢੀਂਡਸਾ ਸਾਹਿਬ ਨੂੰ ਸੈਂਟਰ ਦਾ ਮਿਨਿਸਟਰ ਬਣਾ ਕੇ ਰੱਖਿਆ ਅਤੇ ਇਸ ਕਰਕੇ ਪਰਮਿੰਦਰ ਸਿੰਘ ਢੀਂਡਸਾ ਨੂੰ ਦੂਜੇ ਨੰਬਰ 'ਤੇ ਮਿਨਿਸਟਰ ਬਣਾ ਕੇ ਰੱਖਿਆ ਅਤੇ ਅੱਜ ਉਹੀ ਇਹੋ ਜਿਹੀਆਂ ਗੱਲਾਂ ਬੋਲਣ, ਉਦੋਂ ਬੜਾ ਦੁੱਖ ਹੁੰਦਾ ਹੈ। ਸਾਹਿਬ ਸੁਖਬੀਰ ਸਿੰਘ ਬਾਦਲ ਜੀ ਦੀ ਅਗਵਾਈ ਦੇ ਵਿੱਚ ਸਮੁੱਚਾ ਪੰਥ, ਸਮੁੱਚਾ ਹਲਕਾ, ਸਾਰੇ ਆਗੂ ਸਾਹਿਬਾਨ, ਸਾਰੇ ਜਥੇਦਾਰ ਸਾਹਿਬਾਨ ਇੱਕ ਚਟਾਨ ਦੀ ਤਰ੍ਹਾਂ ਡਟ ਕੇ ਖੜ੍ਹੇ ਨੇ। ਜਿੱਥੇ ਤੱਕ ਸਥਾਨਕ ਜਿਹੜੀ ਗੱਲ ਹੈ, ਇਹ ਭੁਲੇਖਾ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਵੀ ਇਹ ਕੋਈ ਇਸ ਢੰਗ ਨਾਲ ਚੱਲਦੇ ਰਹਿਣਗੇ, ਕਿਉਂਕਿ ਜਿਹੜੇ ਵੀ ਇਹੋ ਜਿਹੀ ਕਰਨਗੇ ਉਹਨਾਂ ਨੂੰ ਉਹਨਾਂ ਦੀ ਕਾਰਵਾਈ ਅਸੀਂ ਵੀ ਲਿਖ ਕੇ ਭੇਜਾਂਗੇ ਅਤੇ ਕਾਰਵਾਈ ਵੀ ਹੋਊਗੀ। ਅਸੀਂ ਤਾਂ ਇਹੀ ਗੱਲ ਕਹਿੰਦੇ ਨਾ ਵੀ ਜਦੋਂ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਭਰਾਵਾਂ ਦੀ ਤਰ੍ਹਾਂ ਰਹੇ ਸੀ, ਉਹਨਾਂ ਦਾ ਛੋਟੇ ਭਰਾਵਾਂ ਦੀ ਤਰ੍ਹਾਂ ਮਾਣ ਸੀ, ਸੱਜੀ ਬਾਂਹ ਸਮਝਦੇ ਸੀ, ਸਾਰੀ ਸਮਝਦੇ ਸੀ, ਸਾਰੇ ਪੰਜਾਬ ਦੇ ਵਿੱਚ ਕੀ ਦੁਨੀਆ ਭਰ ਦੇ ਵਿੱਚ ਲੋਕ ਸਤਿਕਾਰ ਦਿੰਦੇ ਸੀਗੇ ਵੀ ਇਹ ਇੱਕੋ ਹੀ ਨੇ, ਠੀਕ ਹੈ ਨਾ। ਇਸ ਕਰਕੇ ਅਸੀਂ ਕਦੋਂ ਕਹਿੰਦੇ ਵੀ ਉਹ ਮਤਲਬ ਕਿ ਆਪ 'ਚ ਭਰਾ ਇਸ ਤਰ੍ਹਾਂ ਵਿਗੜ ਜਾਂਦੇ। ਜੇ ਹੁਣ ਮੰਨ ਲਓ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣੇ ਨੇ ਅਤੇ ਦੂਜੇ ਪਾਸੇ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਸਾਹਿਬ ਉਹ ਵੀ ਬਰਾਬਰੀ ਚੱਲੇ ਆ ਰਹੇ ਸਨ, ਇਸ ਕਰਕੇ ਦੂਜੇ ਨੰਬਰ ਦੇ ਉਹ ਵਿੱਤ ਮੰਤਰੀ ਬਣੇ। ਇਸ ਕਰਕੇ ਜੇ ਚੱਲੇ ਆ ਰਹੇ ਸਨ ਤਾਂ ਕਿਸੇ ਨੂੰ ਕੋਈ ਤਕਲੀਫ ਸੀ, ਸਾਰੇ ਸਿਰ ਝੁਕਾ ਕੇ ਉਹਨਾਂ ਦੀ ਹਰ ਇੱਕ ਗੱਲ ਨੂੰ ਮੰਨਦੇ ਚੱਲੇ ਆ ਰਹੇ ਸੀ। ਹੁਣ ਜਦੋਂ ਉਹ ਆਪਸਦਾਰੀ ਦੇ ਵਿੱਚ ਹੀ ਤਾਂ ਬਾਦਲ ਸਾਹਿਬ ਨਾਲ ਚਲੋ ਬੜਾ ਲੰਬਾ ਸਮਾਂ ਚੁੱਪ ਰਹੇ ਸਾਰੇ ਜਣੇ ਅਤੇ ਜਦੋਂ ਹਟੇ ਹੀ ਨਹੀਂ ਕਹਿਣ ਇਸ ਗੱਲ ਵਾਸਤੇ, ਫਿਰ ਕਿਹੜਾ ਜਦੋਂ ਬਰਾਬਰੀ ਚੱਲੇ ਆ ਰਹੇ ਨੇ ਕੀ ਹੁਣ ਫਿਰ ਕੀ ਚਾਹੁੰਦੇ ਨੇ? ਅਹੁਦੇ ਤਾਂ ਬਰਾਬਰ ਦੇ ਰਹੇ, ਮੰਨ ਲਓ ਜੇ ਉਹਨਾਂ ਨੇ ਕੁਰਬਾਨੀ ਕੀਤੀ ਹੈ ਤਾਂ ਉਦੋਂ ਵੀ ਬਰਾਬਰ ਦੇ ਰਹੇ ਅਤੇ ਇਸ ਕਰਕੇ ਸਾਡੇ ਜ਼ਿਲ੍ਹਿਆਂ ਦੇ ਵਿੱਚ ਤਾਂ ਜੋ ਪੱਤਾ ਨਹੀਂ ਉਹਨਾਂ ਦੇ ਬਿਨਾਂ ਹਲਦਾ ਸੀਗਾ, ਅੱਜ ਇਹੋ ਜਿਹੀਆਂ ਗੱਲਾਂ ਉਹਨਾਂ ਨੂੰ ਕਰਨੀਆਂ ਨਹੀਂ ਚਾਹੀਦੀਆਂ ਸੀਆਂ। ਜੇ ਉਹ ਪਹਿਲ ਉਹਨਾਂ ਨੇ ਕੀਤੀ ਹੈ, ਫਿਰ ਵੀ ਮੇਰਾ ਖਿਆਲ ਆ ਵੀ ਕੋਈ ਸਾਲ ਭਰ ਤੋਂ ਬਾਅਦ ਸਮਾਂ ਕੱਢਤਾ, ਕੋਈ ਕਿਸੇ ਨੇ ਕੁਛ ਨਹੀਂ ਕਿਹਾ ਅਤੇ ਜਦੋਂ ਕੋਈ ਹੱਦ ਵੀ ਹੁੰਦੀ ਹੈ ਜਦੋਂ ਹਟੇ ਨਹੀਂ ਤਾਂ ਫਿਰ ਪ੍ਰਧਾਨ ਸਾਹਿਬ ਨੇ ਕੋਈ ਕਾਰਵਾਈ ਤਾਂ ਕਰਨੀ ਸੀ। ਪਰ ਉਹ ਕਹਿੰਦੇ ਜੀ ਵੀ ਪਾਰਟੀ ਦੇ ਵਿਰੁੱਧ ਮੈਂ ਕੁਛ ਨਹੀਂ ਕਹਿੰਦਾ, ਮੈਂ ਤਾਂ ਪਾਰਟੀ ਦੇ ਸਿਧਾਂਤਾਂ ਦੇ ਬਾਰੇ ਕਹਿੰਦਾ ਵੀ ਜਿਹੜੀ ਗੱਲ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਹੋਇਆ ਸੀ ਵੀ ਪਾਰਟੀ ਉਹਨਾਂ ਸਿਧਾਂਤਾਂ ਤੋਂ ਭੜਕ ਚੁੱਕੀ ਆ, ਮੈਂ ਉਹਨਾਂ ਦੀ ਗੱਲ ਦੇਖੋ ਮੰਨੋ ਸਾਹਿਬ ਸੁਖਦੇਵ ਸਿੰਘ ਢੀਂਡਸਾ ਜਦੋਂ ਪਿੱਛੇ ਹਟੇ ਨੇ ਉਸ ਅਹੁਦੇ ਤੋਂ ਅਸਤੀਫਾ ਦੇ ਕੇ, ਉਹਨਾਂ ਨੇ ਇੱਕ ਗੱਲ ਕਹੀ ਸੀ ਮੇਰੀ ਸਿਹਤ ਇਜਾਜ਼ਤ ਨਹੀਂ ਦਿੰਦੀ, ਠੀਕ ਹੈ। ਅੱਜ ਇੰਨੀ ਸਰਗਰਮੀ ਦੇ ਨਾਲ ਜੇ ਪਾਰਟੀ ਦੇ ਵਿੱਚ ਇਹ ਗੱਲ ਰੱਖਦੇ ਕਿ ਕੋਈ ਥੋੜ੍ਹੇ ਸਾਲਾਂ ਦੀ ਗੱਲ ਹੈ ਇਹ ਕਿ ਉਹਨਾਂ ਦੀ ਇਹਦਾ ਮਤਲਬ ਕੋਈ ਮੰਨੀ ਨਹੀਂ ਜਾ ਰਹੀ ਸੀ ਅਤੇ ਆਪ ਪਰਮਿੰਦਰ ਸਾਰੇ ਮੂਹਰਲੀਆਂ ਕਤਾਰਾਂ ਦੇ ਵਿੱਚ ਸਨ, ਇਸ ਕਰਕੇ ਇਹ ਨਹੀਂ ਗੱਲ ਹੋ ਸਕਦੀ। ਇਹ ਤਾਂ ਬਹਾਨੇ ਹੁੰਦੇ ਨੇ ਵੀ ਆਏ ਨਹੀਂ ਹੋਇਆ ਉਹ ਨਹੀਂ ਹੋਇਆ ਅਤੇ ਗੱਲਾਂ ਤਾਂ ਕੋਈ ਹੋਰ ਹੀ ਹੁੰਦੀਆਂ ਨੇ, ਜਿਸ ਕਰਕੇ ਮੈਂ ਸਮਝਦਾ ਵੀ ਇਹ ਔਖੇ ਮੌਕੇ ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀਦੇ ਸੀ। ਬਾਬਾ ਜੀ ਜਿਹੜੇ ਸਥਾਨਕ ਹਲਕੇ ਅੰਦਰ ਕੁਛ ਆਗੂ ਜਿਹੜੇ ਤੁਹਾਡੇ ਬਹੁਤ ਨਜ਼ਦੀਕੀ ਮੰਨੇ ਜਾਂਦੇ ਸੀ, ਮਤਲਬ ਤੁਸੀਂ ਉਹਨਾਂ ਨਾਲ ਕੋਈ ਰਾਬਤਾ ਕਾਇਮ ਕੀਤਾ ਵੀ ਉਹ ਇਸ ਤਰ੍ਹਾਂ ਨਾ ਕਰਨ? ਦੇਖੋ ਰਾਬਤਾ ਮੈਂ ਤਾਂ ਇੱਕ ਵਰਕਰ ਹਾਂ ਸ਼੍ਰੋਮਣੀ ਅਕਾਲੀ ਦਲ ਦਾ, ਮੈਨੂੰ 6 ਵਾਰੀ ਪਾਰਟੀ ਨੇ ਟਿਕਟ ਦਿੱਤਾ, ਮੈਂ 5 ਵਾਰੀ ਸ਼੍ਰੋਮਣੀ ਅਕਾਲੀ ਦਲ ਪੰਥ ਲਈ ਜਾਂ ਸਮੁੱਚਾ ਹਲਕਾ, ਮੈਂ ਤਾਂ ਹਮੇਸ਼ਾ ਪੰਥ ਨੂੰ ਸਿਰ ਝੁਕਾ ਕੇ ਸਮੁੱਚੇ ਹਲਕੇ ਨੂੰ ਸਿਰ ਝੁਕਾ ਕੇ ਇਹ 3 ਵਾਰੀ ਲਗਾਤਾਰ ਇੱਥੋਂ ਜਿੱਤਿਆ, 4 ਵਾਰ IGPC ਅਤੇ 5 ਵਾਰੀ ਦੜਵੇ ਦਿੱਤਾ, ਉਹ ਵੀ ਜਿੱਤ ਗਿਆ ਹੈ। ਇਸ ਕਰਕੇ ਇਸ ਤਾਂ ਪੰਥ ਨੂੰ ਪ੍ਰਣਾਏ ਹੋਏ ਹਾਂ ਅਤੇ ਜਿਹੜਾ ਪੰਥ ਲਈ ਕੰਮ ਕਰਦਾ ਅੱਜ ਵੀ ਉਹਨਾਂ ਦੇ ਚਰਨਾਂ ਦੇ ਵਿੱਚ, ਪਹਿਲਾਂ ਵੀ ਮੈਂ ਰਾਬਤੇ ਕਰਦਾ ਰਿਹਾ ਅਤੇ ਹੁਣ ਵੀ ਤਿਆਰ ਹਾਂ। ਜਿਹੜੇ ਇਸ ਗੱਲ ਨੂੰ ਲੈ ਕੇ ਚੱਲਣਗੇ ਵੀ ਅਸੀਂ ਪੰਥ ਪ੍ਰਸਤ ਹਾਂ, ਪੰਥ ਲਈ ਕੰਮ ਕਰਨਾ ਚਾਹੁੰਦੇ ਹਾਂ, ਬਲਵੀਰ ਸਿੰਘ ਘੁੰਸ ਦਾ ਸਿਰ ਹਮੇਸ਼ਾ ਉਹਨਾਂ ਦੇ ਚਰਨਾਂ ਦੇ ਵਿੱਚ ਰਹੇਗਾ ਅਤੇ ਜਿੱਥੇ ਵੀ ਉਹ ਕਹਿਣਗੇ ਮੈਂ ਇਹ ਗੱਲ ਕਰਨ ਨੂੰ ਤਿਆਰ ਹਾਂ। ਪਰ ਜੇ ਪੰਥ ਪ੍ਰਤੀ ਉਹਨਾਂ ਦੇ ਮਨ ਦੇ ਵਿੱਚ ਕੋਈ ਗੱਲ ਨਹੀਂ, ਸਤਿਕਾਰ ਨਹੀਂ, ਸਨਮਾਨ ਨਹੀਂ,
ਤੇ ਫਿਰ ਮੈਂ ਤਾਂ ਪੰਥ ਨਾਲ ਹਾਂ ਭਰਾਵੋ, ਪਾਰਟੀ ਨਾਲ ਹਾਂ। ਇੱਕ ਆਖਰੀ ਗੱਲ ਜੀ, ਢੀਡ ਸਰਦਾਰ ਨੇ ਗੱਲ ਕਹੀ ਹੈ ਵੀ ਜਿਨ੍ਹਾਂ ਨੂੰ ਉਹਨਾਂ ਨੇ ਉਂਗਲ ਫੜ ਕੇ ਸਿਆਸਤ ਦੇ ਖੇਤਰ 'ਚ ਤੁਰਨਾ ਸਿਖਾਇਆ, ਅੱਜ ਉਹੀ ਉਹਨਾਂ ਨੂੰ ਸਿਆਸਤ ਸਿਖਾਉਣ ਲੱਗ ਗਏ ਜੀ। ਚਲੋ ਤਾਂ ਇਹ ਨਹੀਂ ਪਤਾ ਵੀ ਕਿਹਦੇ ਪ੍ਰਤੀ ਉਹਨਾਂ ਨੇ ਕਿਹਾ, ਉਹ ਤਾਂ ਕਈ ਜਣੇ ਬਹੁਤ ਵੱਡੇ ਲੀਡਰ ਸਨ, ਪਰ ਉਹਨਾਂ ਨੂੰ ਵੀ ਕਿਸੇ ਨੇ ਸਿਖਾਏ ਸੀ ਨਾ, ਇਸ ਕਰਕੇ ਜਦੋਂ ਬਾਦਲ ਸਾਹਿਬ ਭਰਾ ਸਮਝਦੇ ਸਨ ਤਾਂ ਉਸ ਤੋਂ ਬਾਅਦ ਹੋਰ ਵੱਡੀ ਕੀ ਗੱਲ ਹੋਵੇਗੀ। ਉਸ ਤੋਂ ਬਾਅਦ ਜੇ ਫਿਰ ਮੰਨ ਲਓ ਉਹ ਆਪ ਹੀ ਖਰਾਬ ਕਰਨ ਲੱਗਣਗੇ ਤਾਂ ਫਿਰ ਤਾਂ ਇਹੋ ਜਿਹਾ ਗੱਲ ਹੀ ਹੁੰਦਾ।